ਦੋਸਤੋ ਸਟੂਡੀਓ ਸਟਾਰ ਦਾ ਸਾਰਿਆਂ ਦਾ ਨਿਗਾਜਾ ਸਵਾਗਤ ਮੈਂ ਤੁਹਾਡਾ ਆਪਣਾ ਬਰਨ Tiwari Indiasean Friends World TV ਦਾ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਹੈ ਸਪੈਸ਼ਲੀ ਅੱਜ ਦਾ ਕਿਹੜਾ ਪ੍ਰੋਗਰਾਮ ਹੈ ਅੱਜ ਦਾ ਇੱਕ ਸਪੈਸ਼ਲ ਐਪੀਸੋਡ ਹੈ ਵਾਈ ਬਿਕੋਜ਼ ਸਾਡੇ ਦੇ ਵਿੱਚ ਜੀ ਹਾਂ ਪਹੁੰਚੇ ਹੋਏ ਨੇ ਅੱਜ ਅਤੁਲ ਜੀ ਮੈਲਬੌਰਨ ਤੋਂ ਕਿਹੜੀ ਸਪੈਸ਼ਲ ਫਲਾਈਟ ਗਈ ਹੈ ਕੱਲ 3 ਦਸੰਬਰ ਨੂੰ ਜੀ ਹਾਂ ਕਿਹੜੀ ਦੀ ਸਪੈਸ਼ਲ ਫਲਾਈਟ ਗਈ ਹੈ ਉਹਦੇ ਵਾਸਤੇ ਉਹ ਆਏ ਹੋਏ ਸਿਗੇ ਤੇ ਆਈ ਫੀਲ ਵੈਰੀ ਲੱਕੀ ਅੱਗੇ ਤਾਂ ਉਹਨਾਂ ਨਾਲ ਹਮੇਸ਼ਾ ਹੀ ਸਕਰੀਨ ਦੇ ਉੱਤੇ ਗੱਲ ਹੁੰਦੀ ਹੈ ਤੇ ਅੱਜ ਉਹ ਸਾਡੇ ਸਟੂਡੀਓ ਦੇ ਵਿੱਚ ਨੇ ਆਉ ਤੁਹਾਡੀ ਇੱਕ ਮੁਲਾਕਾਤ ਕਰਵਾਉਣਾ ਹੈ ਸਾਡੇ ਗੋਰਾ ਟ੍ਰੈਵਲ ਦੇ ਅਤੁਲ ਜੀ ਦੇ ਨਾਲ ਅਤੁਲ ਜੀ ਸਟੂਡੀਓ ਸਾਡਾ ਬਹੁਤ ਬਹੁਤ ਨਿੱਘਾ ਜਿਹਾ ਸਵਾਗਤ ਵਰੁਣ ਜੀ ਬਹੁਤ ਬਹੁਤ ਤੁਹਾਡਾ ਥੈਂਕ ਯੂ ਜੋ ਤੁਸੀਂ ਇੱਥੇ ਅਤੁਲ ਦਾ ਗੋਰਾ ਟ੍ਰੈਵਲ ਦਾ ਮਾਣ ਬਖਸ਼ਿਆ ਸੋ ਆਈ ਡੋਨਟ ਹੈਵ ਐਨੀ ਵਰਡਸ ਵਰਡਸ ਵਿੱਚ ਆਂਦਾ ਹੀ ਨਹੀਂ ਹੈ ਦਿਲੋਂ ਬਹੁਤ ਬਹੁਤ ਧੰਨਵਾਦ ਵਰੁਣ ਜੀ ਤੁਹਾਡਾ ਇਨਾ ਮਾਣ ਸਨਮਾਨ ਦੇਣ ਵਾਸਤੇ ਤੇ ਇੰਨੀ ਸਾਨੂੰ ਜਿਹੜਾ ਤੁਸੀਂ ਕੱਲ ਆਪਣਾ ਪਿਆਰ ਬਖਸ਼ਿਆ ਸਿਡਨੀ 에어ਪੋਰਟ ਤੇ ਸਪੈਸ਼ਲ ਤੁਸੀਂ ਆਏ ਹਾਂਜੀ ਤੁਸੀਂ ਅਸਿਸਟ ਕੀਤਾ ਪੈਸੈਂਜਰਸ ਨੂੰ ਤੁਸੀਂ ਵੇਖਿਆ ਕਿਦਾਂ ਸੋ ਬਹੁਤ ਬਹੁਤ ਧੰਨਵਾਦ ਤੇ ਹਮੇਸ਼ਾ ਤੁਹਾਡਾ ਨਾਲ ਗੱਲ ਕਰਕੇ ਤੇ ਦਿਲ ਬਾਗੋ ਬਾਗ ਗਾਰਡਨ ਗਾਰਡਨ ਹੋ ਜਾਂਦੀ ਆ ਸੋ ਗਾਰਡਨ ਗਾਰਡਨ ਤੇ ਇਹ ਤਾਂ ਅਸੀਂ ਕਵਾਂਗੇ ਕਿ ਤੁਹਾਡੇ ਨਾਲ ਸਭ ਤੋਂ ਪਹਿਲਾਂ ਅਸੀਂ ਬਹੁਤ ਬਹੁਤ ਸ਼ੁਕਰੀਆ ਦਾ ਕਰਾਂਗੇ ਅਸ਼wini ਜੀ ਦਾ ਅੰਡ ਕੀ ਗੋਰਾ ਟ੍ਰੈਵਲ ਨੂੰ ਇੱਥੇ ਤੱਕ ਲੈ ਕੇ ਆਏ ਐ ਐਂਡ ਗੋਰਾ ਟ੍ਰੈਵਲ ਦੇ ਕਿਹੜੇ ਸਟਾਫ ਨੂੰ ਸਪੈਸ਼ਲੀ ਮੈਲਬੌਰਨ ਭੇਜਿਆ ਅਸੀਂ ਸਟਰੀ ਮੈਂ ਖੁਦ ਵਿਟਨੈਸ ਕੀਤਾ ਕਿਸ ਤਰੀਕੇ ਦੇ ਨਾਲ ਪੂਰਾ ਦਾ ਪੂਰਾ ਸਟਾਫ ਪੂਰੇ ਪੂਰੇ ਲੁਕੀ ਕਿਹੜੇ ਕੀ ਜਾ ਰਹੇ ਸੀਗੇ ਕਿਸ ਤਰੀਕੇ ਨਾਲ ਗੋਰਾ ਟ੍ਰੈਵਲ ਨੂੰ ਆਸ਼ੀਰਵਾਦ ਦੇ ਰਹੇ ਨੇ ਕਿਸ ਤਰੀਕੇ ਦੇ ਨਾਲ ਗੋਰਾ ਟ੍ਰੈਵਲ ਦੀ ਟੀਮ ਨੂੰ ਐਪਰੀਸ਼ੀਏਟ ਕਰ ਰਹੇ ਨੇ ਕਿਸ ਤਰੀਕੇ ਨਾਲ ਤੁਸੀਂ ਹਾਰਡ ਵਰਕ ਕਰ ਰਹੇ ਹੋ ਮੈਂ ਇੱਕ ਛੋਟੀ ਜਿਹੀ ਝਲਕ ਦਿਖਾਣਾ ਚਾਹਾਂਗਾ ਕੱਲ ਕੱਲ ਦੇ 에어ਪੋਰਟ ਦੇ ਸੀਨ ਦੀ ਦੋਸਤੋ ਇੱਕ ਛੋਟੀ ਜਿਹੀ ਝਲਕ ਦੇਖਦੇ ਹਾਂ ਐਂਡ ਉਸ ਤੋਂ ਬਾਅਦ ਗੱਲਬਾਤ ਕਰਦੇ ਹੈਗੇ ਆ ਸਾਡੇ ਅਤਲ ਜੀ ਦੇ ਨਾਲ

Thank you for our travels very good gora travel ਤਾਂ ਆਪਾਂ ਇਹ ਦੇਖਿਆ ਕਿ ਕਿਸ ਤਰੀਕੇ ਨਾਲ ਅਤਲ ਜੀ ਨੇ ਐਂ ਪੂਰੀ ਟੀਮ ਨੇ ਗੋਰਾ ਟ੍ਰੈਵਲ ਦੀ ਕਿਸ ਤਰੀਕੇ ਦੇ ਨਾਲ ਏਅਰਪੋਰਟ ਦੇ ਉੱਤੇ ਸਾਰਿਆਂ ਦੀ ਹੈਲਪ ਕੀਤੀ ਤਾਂ ਕਿੰਨਾ ਆਸ਼ੀਰਵਾਦ ਮਿਲ ਰਿਹਾ ਕਿੰਨੀ ਪਲੇਸਿੰਗਸ ਮਿਲ ਰਹੀ ਹੈ ਗੋਰਾ ਟ੍ਰੈਵਲ ਨੂੰ ਹੁਣ ਅੱਜ ਕਿਹੜੀ ਮੁਲਾਕਾਤ ਤੁਹਾਡੇ ਨਾਲ ਹੋ ਰਹੀ ਹੈ ਅਸੀਂ ਸਭ ਤੋਂ ਪਹਿਲਾਂ ਤੁਹਾਡਾ ਸਫ਼ਰ ਗੋਰਾ ਟਰੈਵਲ ਦੇ ਨਾਲ ਸ਼ੁਰੂ ਹੋਇਆ ਉਹਦੇ ਬਾਰੇ ਜਾਨਣਾ ਚਾਹਾਂਗੇ ਐਂਡ ਹਾਊ ਯੂ ਫੀਲਿੰਗ ਸਪੈਸ਼ਲੀ ਕੋਵਿਡ ਦੇ ਵਿੱਚ ਕਿਹੜਾ ਕਿ ਕੋਵਿਡ ਚੱਲ ਰਿਹਾ ਤੇ ਕੋਵਿਡ ਦੇ ਵਿੱਚ ਇਹ ਵਾਲਾ ਸਫ਼ਰ ਤੁਹਾਡਾ ਕਿੱਦਾਂ ਦਾ ਰਿਹਾ ਅ 4 ਜੁਲਾਈ ਦੀ ਗੱਲ ਐਕਚੁਅਲੀ 3 ਜੁਲਾਈ ਦੀ ਗੱਲ ਆ I got call from office ki like we are going to start uh, charter flights ਤੇ ਨੈਕਸਟ ਡੇ ਆਪਾਂ ਗਏ ਤੇ 4 ਤਰੀਕ ਨੂੰ ਆਪਾਂ ਲਾਂਚ ਕੀਤੀ ਸੀ ਚਾਰਟਰ ਫਲਾਈਟ ਤੇ ਜਿਹੜੀ ਸਾਡੀ ਪਹਿਲੀ ਚਾਰਟਰ ਫਲਾਈਟ ਉਹ ਸਿਡਨੀ ਤੋਂ ਸੀਗੀ ਆਪਣਾ ਜੁਲਾਈ ਨੂੰ ਬਾਈ ਜੁਲਾਈ ਨੂੰ ਤੇ ਨੈਕਸਟ ਜਿਹੜੀ ਸਾਡੀ ਚਾਰਟਰ ਫਲਾਈਟ ਸੀ ਉਹ ਮੈਲਬਨ ਤੋਂ ਸੀਗੀ ਜੀ ਸਾਡੇ ਅਸ਼ਨੀ ਸਰ ਜਦੋਂ ਆਪਾਂ ਅਸ਼ਨੀ ਸਰ ਅਭਿਸ਼ੇਕ ਸਰ ਆਪਾਂ ਨਾਲ ਮੈਂ ਆਪਾਂ ਜਦੋਂ ਗਏ ਮੈਲਬਨ 에어ਪੋਰਟ ਸਿਡਨੀ ਤੇ ਆ ਨਹੀਂ ਸਕਦੇ ਸੀ ਬਿਕੋਜ਼ ਆਫ ਲਾਕਡਾਉਨ ਲਾਕਡਾਉਨ ਕਾਰ ਜਦੋਂ ਆਪਾਂ ਮੈਲਬਨ ਪਹੁੰਚੇ ਵਟ ਵੀ ਸੀਨ ਮਤਲਬ ਸਾਡੇ ਕੋਲ ਡਾਟਾ ਤੇ ਸੀਗਾ ਬਜ਼ੁਰਗ ਲੋਕ ਆ ਰਹੇ ਨੇ ਪਰ ਵਟ ਵੀ ਸੀਨ ਕਿ ਉਥੇ ਕਿਉਂਕਿ ਆਪਣੇ ਬੱਚੇ ਜਿਹੜੇ ਆਪਣੇ ਮੰਮੀ ਪਾਪਾ ਨੂੰ ਛੱਡਣ ਆਏ ਸਨ ਬਜ਼ੁਰਗਾਂ ਨੂੰ ਛੱਡਣ ਆਏ ਸਨ ਉਹ ਇਹ ਮੈਲਬਨ 에ਰਪੋਰਟ ਦੇ ਅੰਦਰ ਨਹੀਂ ਸੀ ਆ ਸਕਦੇ ਹਾਂ ਉਥੇ ਸਪੈਸ਼ਲੀ ਬਹੁਤ ਜ਼ਿਆਦਾ ਲਾਕਡਾਊਨ ਦੀ ਸਿਚੁਏਸ਼ਨ ਡਿਫਰੈਂਟ ਸੀ ਬਿਲਕੁਲ ਬਿਲਕੁਲ ਮਤਲਬ ਕਿ ਮਿਲਟਰੀ ਲੱਗੀ ਹੋਈ ਸੀ ਮੈਂ ਵੀ ਆ ਸੀਗਾ ਇੱਕ ਦੋ ਫਲਾਈਟਸ ਦੇਖਣ ਲਈ ਸੋ ਸੋਸ਼ਲ ਡਿਸਟੈਂਸਿੰਗ ਕਰਨ ਬੱਚੇ ਆਪਣੇ ਮੰਮਾ ਪਾਪਾ ਨੂੰ ਮੈਲਬਨ 에ਰਪੋਰਟ ਦੇ ਅੰਦਰ ਨਹੀਂ ਸੀ ਛੱਡਣ ਆ ਸਕਦੇ ਤੇ ਸਿਚੁਏਸ਼ਨ ਬਹੁਤ ਟੈਂਸ ਸੀ ਕਿਉਂ ਕਿ ਸਾਡੇ ਬਜ਼ੁਰਗਾਂ ਨੂੰ ਆਪਾਂ ਪੰਜਾਬ ਤੋਂ ਆ ਤੇ ਥੋੜਾ ਇੰਗਲਿਸ਼ ਵਿੱਚ ਫਾਰਮ ਭਰਨ ਚ ਕਿਉਂਕਿ ਇਸ ਕੋਵਿਡ ਸਮੇਂ ਚ ਫਾਰਮ ਪਰ ਨਾ ਵੀ ਬਹੁਤ ਡਿਫੀਕਲਟ ਐਂਡ ਕਿਸ ਤਰੀਕੇ ਨਾਲ ਭੀੜ ਲੱਗੀ ਹੋਈ ਸੀਗੀ ਇਟ ਇਜ਼ ਵੈਰੀ ਹਾਰਡ ਤੇ ਹੁਣ ਤਾਂ ਡਰ ਵੀ ਲੱਗ ਰਿਹਾ ਸੀ ਨਾਲ ਨਾਲ ਬਿਲਕੁਲ ਤੇ ਉਸ ਸਮੇਂ ਮਤਲਬ ਫਾਰਮਸ ਕਾਫੀ ਸਨ ਤੇ ਜਿਹੜੇ ਬਜ਼ੁਰਗ ਸਨ ਉਹ ਇਕੱਲੇ ਸਨ ਤੇ ਸਾਨੂੰ ਸਭ ਤੋਂ ਜਾਂ ਐ ਦੇਖ ਨੂੰ ਮਿਲਿਆ ਕਿ ਉਹ ਥੋੜਾ ਜਿਹੜਾ ਲੈਂਗੁਏਜ ਬੈਰੀਅਰ ਸੀਗਾ ਜਿਹੜਾ ਸਟਾਫ ਗਰਾਉਂਡ ਸਟਾਫ ਸੀਗਾ ਉੱਥੇ ਤੇ ਜਿਹੜੇ ਸਾਡੇ ਬਜ਼ੁਰਗ ਲੋਕ ਜਾ ਰਹੇ ਸਨ ਤੇ ਉਹਨੂੰ ਵੇਖ ਕੇ ਸਾਡੀਆਂ ਅੱਖਾਂ 'ਚੋਂ ਰੀਲੀ ਹੰਝੂ ਆ ਗਏ ਮਤਲਬ ਦਾ ਲਿਟਰਲੀ ਦਾ ਸਿਚੁਏਸ਼ਨ ਵਾਸ ਟੈਂਸ ਕੋਵਿਡ ਦਾ ਸਮਾ ਜੁਲਾਈ ਦਾ ਸ਼ਿਖਰ ਜਦੋਂ ਕੋਵਿਡ ਸ਼ਿਖਰਤ ਸੀਗਾ ਉਦੋਂ ਸਾਡਾ ਚਾਰਟਰ ਫਲਾਈਟ ਦਾ ਸਫ਼ਰ ਸ਼ੁਰੂ ਹੋਇਆ ਉਦੋਂ ਹੀ ਮੇਰਾ ਆਪਣਾ ਇੱਕ ਸਟੈਪ ਅੱਗੇ ਆ ਕੇ ਇੱਕ ਨਾਟ ਪੈਸਾ ਕਮਾਉਣ ਦੇ ਪਰ ਕਮਿਊਨਿਟੀ ਸਰਵਿਸ ਦੇ ਜੋ ਮੇਰਾ ਹਮੇਸ਼ਾ ਦਿਲ ਰਹਾ ਛੋਟੇ ਹੁੰਦੇ ਤੋਂ ਕਿਉਂਕਿ ਜੁਆਇੰਟ ਫੈਮਿਲੀ ਚ ਮੈਂ ਜੰਮਿਆ ਪੜਿਆ ਵੱਡਾ ਹੋਇਆ ਇੱਕ ਮੈਨੂੰ ਜਦੋਂ ਮੈਂ ਅਸਿਸਟ ਕੀਤਾ ਉਹ ਜਿਹੜਾ ਬਜ਼ੁਰਗਾਂ ਤੋਂ ਬlesing ਮਿਲਿਆ then i spoke to my management ki i really want to go ahead ki ਜਦੋਂ ਜਦੋਂ ਚਾਰਟਰ ਫਲਾਈਟ ਜਾਏ i really want to assist ਮੇਰੇ ਸਪੈਸ਼ਲੀ ਬਜ਼ੁਰਗ ਲੋਗ ਤੇ ਕਿਉਂਕਿ ਮੇਰਾ ਦਿਲ ਕਰਦਾ ਹੈ ਚੀਜ਼ ਕਰਨ ਨੂੰ so then my company okay go ahead ਉਹਨਾਂ ਨੇ ਹਰੀ ਚੰਡੀ ਦਿੱਤੀ ਉਸ ਤੋਂ ਬਾਅਦ ਜਿਹੜੀ ਜਿਹੜੀ ਸਾਡੀ ਚਾਰਟਰ ਫਲਾਈਟ ਮੈਲਬਨ ਤੋਂ ਗਈ ਮੈਂ ਖੁਦ ਉੱਥੇ ਰਿਹਾ ਤੇ ਜਿੱਦਾਂ ਦੀ ਵੀ ਅਸਿਸਟੈਂਸ ਹੋ ਸਗੀ ਮਤਲਬ ਹੁਣ ਤਾਂ ਕੀ ਨਾਮ ਲਵਾਂ ਚਾਹੇ ਬਜ਼ੁਰਗਾਂ ਨੂੰ ਕੇ ਫਾਰਮ ਭਰਾਂ ਜਾਂ ਇੰਗਲਿਸ਼ ਵਿੱਚ ਬੈਗ ਚੱਕ ਕੇ ਮੈਂ ਖੁਦ ਬੈਲਟਾਂ ਤੇ ਰੱਖੇ ਠੀਕ ਹੈ ਤੁਸੀਂ ਦੇਖ ਸਕਦੇ ਆ ਉਸ ਤੋਂ ਬਾਅਦ ਪਾਣੀ ਦੀ ਆਪਾਂ ਹਮੇਸ਼ਾ ਲੋਕੀ ਸ਼ਬਿੱਲਾ ਲਾਉਂਦੇ ਨੇ ਚਲੋ ਆਪਾਂ ਇੱਕ ਪਾਣੀ ਆ ਬੋਤਲਾਂ ਵੀ ਲੈ ਗਏ ਉਸ ਤੋਂ ਬਾਅਦ ਮੈਂ ਕੱਪੜੇ ਦਾ ਪਹਿਰਾਵਾ ਵੀ ਨਾਟ ਕੋਟ ਪੈਂਟ ਇੱਕ ਪੰਜਾਬੀ ਕੁੜਤਾ ਪਜਾਮਾ ਪਾ ਕੇ ਜਾਂਦਾ ਰਹੇ ਕਿ ਉਹਨਾਂ ਨੂੰ ਫੀਲ ਹੋਵੇ ਕੰਫਰਟੇਬਲ ਫੀਲ ਹੋਵੇ ਉਹ ਕੰਫਰਟੇਬਲ ਫੀਲ ਹੋਵੇ ਕਿ ਉਹਨਾਂ ਦਾ ਪੁੱਤ ਖੜਾ ਉਹਨਾਂ ਦੀ ਅਸਿਸਟ ਕਰਨ ਵਾਸਤੇ ਠੀਕ ਆ ਉਸ ਤੋਂ ਇਲਾਵਾ ਬੱਚਿਆਂ ਵਾਸਤੇ ਛੋਟੇ ਛੋਟੇ ਲੌਲੀਪੌਪ ਮਤਲਬ ਪੂਰਾ ਘਰ ਦਾ ਇੱਕ এনवायरमेंट ਇੱਕ ਸਪੈਸ਼ਲੀ ਕਿਹੜਾ ਸਟ੍ਰੈਸਫੁਲ ਮਾਹੌਲ ਚੱਲ ਰਿਹਾ ਹੈ ਉਹਦੇ ਵਿੱਚ ਇੱਕ ਫ੍ਰੈਂਡਲੀ ਫ੍ਰੈਂਡਲੀ ਮਾਹੌਲ ਇੱਕ ਉਹ ਔਰਾ ਦਿੱਤਾ ਗਿਆ ਕਿ ਇਹਦੇ ਵਿੱਚ ਹਰ ਬੰਦੇ ਨੇ ਪੋਜ਼ਿਟਿਵਿਟੀ ਦਿੱਤੀ ਮੈਂ ਤਾਂ ਖੁਦ ਵਿਟਨੈਸ ਕੀਤਾ ਹੈ ਐਂਡ ਕਾਫੀ ਐਦਾਂ ਦੇ ਇਮੋਸ਼ਨਲ ਉਸ ਟਾਈਮ ਮਾਹੌਲ ਬਣ ਜਾਂਦਾ बिकॉज ਆਪਣੇ ਪੇਰੈਂਟਸ ਜਾ ਰਹੇ ਹੁੰਦੇ ਆ ਤੇ ਹੁਣ ਇੱਕ ਅੱਗੇ ਤਾਂ ਇਹ ਪਤਾ ਸੀਗਾ 2 ਮਹੀਨੇ ਬਾਅਦ 4 ਮਹੀਨੇ ਬਾਅਦ ਵਾਪਸ ਆ ਜਾਣਗੇ ਹੁਣ ਤਾਂ ਇਹ ਹੀ ਨਹੀਂ ਪਤਾ ਕਦ ਵਾਪਸ ਆਉਣ ਦਾ ਮੌਕਾ ਲੱਗੇ ਦੁਬਾਰਾ ਤੇ ਇਸ ਕਰਕੇ ਬਹੁਤ ਸਾਰੇ ਇਮੋਸ਼ਨਲ ਜੁੜੇ ਹੋਏ ਨੇ ਹਰ ਚੀਜ਼ ਦੇ ਨਾਲ ਤੇ ਦੂਜਾ ਬੱਚਿਆਂ ਨੂੰ ਇੱਕ ਲਿਮਟ ਦੇ ਅੱਗੇ ਜਾਣ ਨਹੀਂ ਪਾ ਰਹੇ ਹੈਗੇ ਆ ਤੇ ਕਾਫੀ ਸਾਰੀਆਂ ਚੀਜ਼ਾਂ ਆ ਰਹੀਆਂ ਕਿ बिकॉज ਵਿਟਨੈਸ ਕੀਤਾ ਮੈਂ ਅਭਿਸ਼ੇਕ ਜੀ ਨੂੰ ਅਸ਼wini ਜੀ ਨੂੰ ਫੇਰ ਇੱਕ ਵਾਰੀ ਕੰਗ੍ਰੈਚੁਲੇਸ਼ਨ ਕਰਾਂਗਾ ਕਿਉਂਕਿ ਉਹਨਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਸਪੈਸ਼ਲੀ ਮੈਂ ਕਹਾਂਗਾ ਕਿ ਕਿੱਦਾਂ ਕੀ ਤੁਸੀਂ ਗੱਲ ਕੀਤੀ ਹੈ ਕਮਿਊਨਿਟੀ ਸਰਵਿਸ ਦੀ ਤੇ ਦੇ ਆਰ ਡੂਇੰਗ ਵੈਰੀ ਵੈਲ ਬਿਕਾਜ਼ ਕਿੱਦਾਂ ਕੀ ਕਿਹੜੀ व्हीलचेयर ਹੈ व्हीलचेयर ਫ੍ਰੀ ਕਰਤੀ ਗਈ ਹੈ ਹੈਨਾ ਐਂਡ ਇਟਸ ਐਂਡ ਮੈਂ ਬਜ਼ੁਰਗਾ ਦਾ ਉਹ ਆਸ਼ੀਰਵਾਦ ਦੇਖਿਆ ਆ ਕਰਦੇ ਹੋਏ ਕਿ ਕਿਸ ਤਰੀਕੇ ਨਾਲ ਗੋਰਾ ਟ੍ਰੈਵਲ ਨੂੰ ਇਸ ਟਾਈਮ ਸਾਰੇ ਹੀ ਤਰਫੋਂ ਆਸ਼ੀਰਵਾਦ ਮਿਲ ਰਿਹਾ ਦੇਖੋ ਟਿਕਟਸ ਸਾਰੇ ਲੈ ਲੈਂਦੇ ਨੇ ਠੀਕ ਹੈ ਉਹ ਇੱਕ ਇੱਕ ਪ੍ਰੋਸੀਜਰ ਹੈ ਲੈਣਾ ਜਾਂ ਟਿਕਟ ਚੈੱਕ ਤੇ ਜਾ ਕੇ ਜਾਣਾ ਹੈ ਠੀਕ ਹੈ ਲੇਕਿਨ ਕਿਹੜੀ ਗੋਰਾ ਟ੍ਰੈਵਲ ਦੀ ਤਰਫੋਂ ਇਹ ਐਫਰਟਸ ਹੋਏ ਨੇ ਕਿਹੜੇ ਕਿ 7000 ਬੰਦੇ ਕਿਹੜੇ ਕਿ ਇਹ ਕੱਲ ਦੀ ਫਲਾਈਟ ਤੁਸੀਂ ਚੜਾ ਕੇ ਆਏ ਹੋ 7000 ਬੰਦਿਆਂ ਤੱਕ ਤੇ 7000 ਬੰਦਿਆਂ ਨਾਲ ਆਈ ਫੀਲ ਲਾਈਕ ਥੈਟ ਕਿ ਗੋਰਾ ਟ੍ਰੈਵਲ ਨੇ ਐਂਡ اسپੈਸ਼ਲੀ ਐਜ਼ ਅ ਫਰੰਟ ਲਾਈਨ ਤੁਸੀਂ ਕੰਮ ਕਰਕੇ 7000 ਬੰਦਿਆਂ ਨਾਲ ਇੱਕ 1 ਟੂ 1 ਜੀ ਹਾਂ 1 ਟੂ 1 ਅ ਰਿਲੇਸ਼ਨਸ਼ਿਪ ਬਣਿਆ 1 ਟੂ 1 ਸ਼ਾਇਦ ਬਜ਼ੁਰਗਾ ਨੇ ਆਸ਼ੀਰਵਾਦ ਦਿੱਤਾ ਉਹ 7000 ਬੰਦੇ ਨਹੀਂ ਸ਼ਾਇਦ ਉਹ 14 ਜਾਂ 21000 ਬੰਦੇ ਆ ਕਿਉਂਕਿ ਇੱਕ ਦੋ ਪੇਰੈਂਟਸ ਨੂੰ ਛੱਡਣ ਵਾਸਤੇ ਵੀ 4-4 5-5 ਬੰਦੇ ਆਏ ਤੇ ਸ਼ਾਇਦ ਉਹ 7000 ਤੱਕ ਗਏ ਨੇ ਉਹਦੇ ਪਿੱਛੇ ਕਿੰਨੇ ਕੋ ਹੋਰ ਹਜ਼ਾਰੋਂ ਬੰਦੇ ਨੇ ਕਿੰਨਾਂ ਦੀਆਂ ਬਲੇਸਿੰਗਸ ਜੁੜੀਆਂ ਆ ਕਿਉਂਕਿ ਕੱਲੇ ਬਜ਼ੁਰਗ ਨਹੀਂ ਮੈਂ ਤੁਹਾਨੂੰ ਇੰਨੀ ਗੱਲ ਕਹਾਂਗਾ ਕਿ ਇਹ ਗੱਲ ਵੀ ਸਹੀ ਹੈ ਕਿਸ ਹੱਦ ਤੱਕ ਕਿ ਕੱਲੇ ਬਜ਼ੁਰਗ ਨਹੀਂ ਆਪਣੇ ਆਮ ਪੰਜਾਬੀ ਵੀ ਜਾਂ ਆਮ ਜਨਤਾ ਵੀ ਕਿਹੜੀ ਕਿ ਰੋਜ਼ ਉਹ ਵਾਲੇ ਸੇਮ ਫਾਰਮ ਨਹੀਂ ਭਰਦੀ ਹੈ ਨਾ ਅਗਰ ਮੈਂ ਗੱਲ ਕਰਾਂ ਮੈਂ ਆਪਣੀ ਗੱਲ ਕਰਾਂ ਕਿ ਮੈਨੂੰ ਕਿਹਾ ਜਾਵੇ ਕਿ ਤੁਸੀਂ ਸਾਰੇ ਫਾਰਮ ਭਰ ਲਓ ਤੇ ਮੈਂ ਵੀ ਕਵਾਂਗਾ ਯਾਰ ਕਿਹੜੇ ਵਾਲੇ ਟੂ ਮੱਚ ਕਿਦਾਂ ਨਾ ਨਾ ਟੂ ਮੱਚ ਨਹੀਂ ਪਤਾ ਹੀ ਨਹੀਂ ਨਵੇਂ-ਨਵੇਂ ਫਾਰਮਸ ਆ ਕੋਵਿਡ 19 ਦੇ ਵਿੱਚ ਨਵੇਂ-ਨਵੇਂ ਫਾਰਮਸ ਹੈ ਕੋਈ ਇੰਡੀਆ ਦਾ ਫਾਰਮ ਭਰਨਾ ਹੈ ਕੋਈ ਇੱਥੇ ਦਾ ਭਰਨਾ ਤੇ ਕਿਹੜੀ ਗੋਰਾ ਟ੍ਰੈਵਲ ਦੀ ਸਰਵਿਸਿਜ਼ ਦਿੰਦੀ ਹੈ ਬਹੁਤ ਨਾ ਕਹਿ ਕੇ ਇੱਕ ਗੱਲ ਕਰਾਂਗਾ ਅ ਅਭਿਸ਼ੇਕ ਜੀ ਅਸ਼ਨੀ ਜੀ ਐਂਡ ਅੱਜ ਮੇਰੇ ਨਾਲ ਬੈਠੇ ਅਤਲ ਜੀ ਸਲੂਟ ਟੂ बिकॉज ਵੀ ਪ੍ਰਾਊਡ ਆਨ ਯੂ ਐਸ ਅ ਵੀ ਵਿਲ ਬੀ ਆ ਪਾਰਟ ਆਫ ਯੋਰ ਟੀਮ ਮੈਂ ਅੱਗੇ ਵੀ ਗੱਲਬਾਤ ਕਰਦਾ ਲੇਕਿਨ ਮੈਨੂੰ ਅੱਜ ਮੌਕਾ ਮਿਲਿਆ ਸਕਰੀਨ ਤੇ ਨਾ ਗੱਲ ਕਰਕੇ ਫਰੰਟ ਤੇ ਬਹਿ ਕੇ ਅਤਲ ਜੀ ਦੇ ਨਾਲ ਐਂਡ ਸਪੈਸ਼ਲੀ ਥੈਂਕ ਯੂ ਫਾਰ ਯੂਰ ਵਿਜ਼ਿਟ ਥੈਂਕ ਯੂ ਭਾਜੀ ਥੈਂਕ ਯੂ ਤੁਹਾਡਾ ਕਿਵੇਂ ਵਿੱਚ ਤੁਸੀਂ ਸਕਰੀਨ ਤੋਂ ਬਾਹਰ ਆ ਕੇ ਸਾਡੇ ਨਾਲ ਇੱਥੇ ਬਹਿ ਕੇ ਗੱਲ ਕਰ ਰਹੇ ਹੋ ਇਹ ਤੇ ਮਤਲਬ ਤੁਹਾਡੀ ਆ ਸਿੱਧੇ ਮਤਲਬ ਆਈ ਡੋਨਟ ਹੈਵ ਵਰਡਸ ਵਰੁਣ ਜੀ ਮੈਨੂੰ ਇਹ ਲੱਗਾ ਕਿ ਇਸ ਤਰੀਕੇ ਦੇ ਨਾਲ ਤੁਹਾਡੇ ਨਾਲ ਜੁੜ ਕੇ ਕਿ ਮੈਂ ਵੀ ਇਸ ਐਟਮੋਸਫੇਅਰ ਦਾ ਇਸ ਸੇਵਾ ਦਾ ਮੈਨੂੰ ਭਾਗੀਦਾਰ ਤੁਹਾਡੇ ਕਰਕੇ ਮਿਲਿਆ ਲੇਕਿਨ ਮੈਂ ਇੱਕ ਚੀਜ਼ ਕਵਾਂਗਾ ਕਿ ਇਸ ਚੀਜ਼ ਦੇ ਵਿੱਚ ਕਿਉਂਕਿ ਨਿਰਪੱਖ ਹੋ ਕੇ अश्विनी जी ने कि स्टैप लिता है गौरा ट्रैवल ने किड़ा स्टैप लिता है इट इज़ रियली क्योंकि चौबी घंटे के कहना बहुत आसान है लेकिन कम करना इट इज़ वेरी हार्ड इट इज़ चौबी घंटे कहना बहुत आसान है तुम सू चौबी घंटे कॉल करो तीस आप तो चौबीस घंटे सर्विसिज हाजिर है इट इज़ ईजी टू से लेकिन कई बार उ फीलिंग्स आप खुद देखिए कि लोग जब एप्रीशिएट करते ਕੀ ਰਾਤੀ ਮੈਂ ਟਰੱਕ ਚਲਾ ਕੇ ਆਇਆ ਤੇ ਉਹਨੇ ਕਹਿੰਦੇ ਹੈਗੇ 11 ਵਜੇ ਮੈਂ ਕਾਲ ਕੀਤੀ ਤੇ ਮੈਨੂੰ ਪੂਰਾ ਅਸਿਸਟ ਕੀਤਾ ਗਿਆ ਐਦਾ ਐਦਾ ਦੇ ਕਿਹੜੇ ਫੀਡਬੈਕਸ ਆ ਕਮੈਂਟਸ ਤੇ ਉਹ ਚੀਜ਼ ਆਉਂਦੀ ਹੈ ਕਈ ਚੀਜ਼ ਦੇ ਵਿੱਚ ਕਈ ਐਦਾਂ ਦੇ ਫੀਡਬੈਕਸ ਵੀ ਆਏ ਨੇ ਕਿ ਬੱਸਿਸ ਵੀ ਰੇਂਜ ਹੋਣੀਆਂ ਚਾਹੀਦੀਆਂ ਆ ਜਾਂ ਉਹ ਵੀ ਹੋਣੀਆਂ ਚਾਹੀਦੀਆਂ ਬਟ ਇੱਕ ਚੀਜ਼ ਸਾਨੂੰ ਵੀ ਸਮਝਣੀ ਚਾਹੀਦੀ ਹੈ ਕਿ ਆਪਾਂ ਕਿਉਂ ਨਹੀਂ ਕਰ ਪਾਉਂਦੇ ਐਦਾਂ ਦੀ ਚੀਜ਼ਾਂ ਬਿਕੋਜ਼ ਹਰ ਬੰਦੇ ਦੇ ਕਲਗ ਬਜਟ ਹੈ ਬਿਲਕੁਲ ਕੋਈ ਕਹਿੰਦਾ ਕਿ ਆਈ ਐਮ ਕੰਫਰਟੇਬਲ ਇਨ ਟ੍ਰੇਨ ਮੈਂ ਉਹਦੇ ਪੈਸੇ ਨਹੀਂ ਦੇਣੇ ਠੀਕ ਠੀਕ ਕੋਈ ਕਹਿੰਦਾ ਕਿ ਮੈਂ ਕਾਰ ਚ ਆ ਜਾਾਂਗਾ ਤੇ ਕਈ ਖੁਦ ਡ੍ਰੌਪ ਕਰਨ ਆ ਰਹੇ ਹੁੰਦੇ ਐ ਬਿਲਕੁਲ ਬਿਲਕੁਲ ਉਹਨੂੰ ਕਾਰ ਦੇ ਹੋਏ ਫੀਲਿੰਗਸ ਬਿਕੋਜ਼ ਆਫ ਹਰ ਦੀ ਫੀਲਿੰਗਸ ਨੂੰ ਦੇਖਦੇ ਹੋਏ ਛੱਡਮ ਖੁਦ ਆਉਂਦੇ ਠੀਕ ਮੈਂ ਦੇਖਿਆ ਕਿ ਤੁਹਾਡੇ ਕੋਲ ਕਾਫੀ ਸਾਰੀ ਫੀਡਬੈਕਸ ਆ ਰਹੀਆਂ ਸੀ ਆਂਡ ਤੁਸੀਂ ਚਾਹੇ ਉਹ ਪੋਜ਼ਿਟਿਵ ਸੀ ਚਾਹੇ ਉਹ ਨੈਗੇਟਿਵ ਸੀ ਤੁਸੀਂ ਹਰ ਬੰਦੇ ਨੂੰ ਇਸ ਤਰੀਕੇ ਨਾਲ ਅਟੈਂਡ ਕੀਤਾ ਮੈਂ ਦੇਖਿਆ ਕਿ ਬੰਦੇ ਲਾਈਨ ਚ ਲੱਗੇ ਹੋਇਆ बिकॉज ਉਹ ਲਾਈਨ ਛੱਡ ਕੇ ਵੀ ਨਹੀਂ ਜਾ ਸਕਦੇ ਹਾਂਜੀ ਐਂਡ ਤੁਸੀਂ ਉੱਥੇ ਪਾਣੀ ਵੀ ਪਲਾ ਰਹੇ ਹੋ ਖਲਾਬ ਵੀ ਰਹੇ ਹੋ ਤੁਸੀਂ ਉਹਦੀ ਕਹਿੰਦੇ ਹੈਗੇ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਕਿਹੜੇ ਬਜ਼ੁਰਗਾਂ ਦਾ ਸਮਾਨ ਚੱਕ ਕੇ ਵੀ ਰੱਖ ਰਹੇ ਹੋ ਤੇ ਆਈ ਫੀਲ ਲਾਈਕ 댓 ਅਗਰ ਮੈਂ ਮੈਂ ਕੋਈ ਏ ਚੀਜ਼ ਕਰਨ ਵਾਲਾ ਨਹੀਂ ਹਾਂ ਕਿ ਮੈਂ ਕਹਿਣ ਵਾਲਾ ਵੀ ਨਹੀਂ ਹਾਂ ਬਟ ਮੈਨੂੰ ਮਜਬੂਰੀ ਦੇ ਵਿੱਚ ਆਪਣੇ ਦਿਲੋਂ ਆਵਾਜ਼ ਆ ਜਾਂਦੀ ਹੈ ਯੂ ਗਾਇਜ਼ ਆਰ ਨੰਬਰ 1 ਡੈਫੀਨੇਟਲੀ ਥੈਂਕ ਯੂ ਥੈਂਕ ਯੂ ਵੈਰੀ ਮਚ ਕੇਦਨ ਨਾਲ ਤੁਸੀਂ ਕੋਵਿਡ 19 ਦੇ ਵਿੱਚ ਲੋਕੀ ਅੱਗੇ ਨਹੀਂ ਆਂਦੇ ਲੋਕੀ ਕਹਿੰਦੇ ਟਿਕਟ ਦੇ ਦਿੱਤੀ 에어ਪੋਰਟ ਜਾਓ ਦੈਟਸ ਇਟ ਐਂਡ ਤੁਸੀਂ ਆ ਲਿਖਿਆ ਹੋਇਆ 30 ਕਿਲੋ ਤੋਂ 40 ਕਿਲੋ ਕਹਿੰਦੇ ਸਾਰੀਆਂ ਚੀਜ਼ਾਂ ਬਟ ਕਿਸ ਤਰੀਕੇ ਨਾਲ ਤੁਸੀਂ ਆਏ ਲੋਕਾਂ ਦੇ ਵੇਟ ਦੇ ਵਿੱਚ ਪ੍ਰੋਬਲਮ ਸੀਗੀ ਕਿਦਾ ਪਹਿਲਾਂ ਉਹ ਮੈਲਬੌਰਨ ਤੇ ਚੜੇ ਅਲੱਗ-ਅਲੱਗ ਸਿਟੀ ਤੋਂ ਚੜੇ ਉਹ ਉਹਨਾਂ ਨੂੰ ਉਥੋਂ ਜਾਣ ਦਿੱਤਾ ਲੇਕਿਨ ਇੱਥੇ ਆ ਕੇ ਰੁਕ ਲਿਆ ਗਿਆ ਕਿ ਵੇਟ ਜ਼ਿਆਦਾ ਹੈ ਹਾਂਜੀ ਐਂਡ ਕਈ ਚੀਜ਼ਾਂ ਦੇ ਵਿੱਚ ਮੈਂ ਤੁਹਾਨੂੰ ਪਰਸਨਲੀ ਰਿਕਵੈਸਟ ਕਰਦੇ ਦੇਖਿਆ ਆ ਮੈਨੇਜਮੈਂਟ ਨਾਲ ਗੱਲ ਕਰਦੇ ਦੇਖਿਆ ਆ ਮਜਬੂਰੀ ਦੇਖਾਈ ਆ ਉਹ ਹੈਲਪ ਕੀਤੀ ਤੁਸੀਂ ਕਈ ਲੋਕਾਂ ਦੀ ਕੀ ਮਜਬੂਰੀ ਚ ਨੇ ਬਟ ਇਟ ਇਜ਼ ਰੀਅਲੀ ਅਪਰੀਸ਼ੀਏਟ ਉਹ ਮੇਰਾ ਖਿਆਲ ਵੇਟ ਜਾਣ ਨਾ ਦਿੰਦੇ ਲੇਕਿਨ ਕਿਸ ਤਰੀਕੇ ਨਾਲ ਗੋਰਾ ਟ੍ਰੈਵਲ ਦੀ ਪੂਰੀ ਟੀਮ ਨੇ ਉਹਨਾਂ ਨਾਲ ਗੱਲ ਕੀਤੀ ਪਿਆਰ ਦੇ ਨਾਲ ਰਿਸਪੈਕਟ ਦੇ ਨਾਲ ਉਹਨਾਂ ਨੂੰ ਲੱਗਾ ਦੇ ਆਰ ਜੈਨੂਇਨ ਉਹੀ ਰੀਜ਼ਨ ਸਿਗਾ ਤੇ ਹੁਣ ਸਾਰੀਆਂ ਗੱਲਾਂ ਤਾਂ ਮੈਂ ਹੀ ਬੋਲੀ ਜਾਵਾਂਗਾ ਤੁਹਾਡੀ ਕਿਹੜੀ ਪਰਸਨਲ ਐਕਸਪੀਰੀਅੰਸ ਹੈ ਤੁਸੀਂ ਰਾਤੀ 3 ਵਜੇ ਵੀ ਗਏ ਹੋ ਕਿਉਂਕਿ ਮੇਰੇ ਨਾਲ ਤੁਹਾਡੀ ਗੱਲਬਾਤ ਹੁੰਦੀ ਰਹੀ ਹੈ ਦੈਟਸ ਓਨਲੀ ਦਾ ਰੀਜ਼ਨ ਕਿ ਮੈਂ ਇਨੀ ਗੱਲ ਕਰ ਰਿਹਾ ਤੁਸੀਂ 3 ਵਜੇ ਵੀ ਗਏ ਹੋ 11 ਵਜੇ ਵੀ ਗਏ ਹੋ ਅਲੱਗ-ਅਲੱਗ ਰਿਓ ਕੋਈ ਐਦਾਂ ਦੀ ਮੂਵਮੈਂਟ ਕਿਹੜੀ ਕੀ ਤੁਸੀਂ ਕਦੀ ਨਹੀਂ ਭੁੱਲ ਸਕਦੇ ਉਹ ਮੂਮੈਂਟ ਸੀਗੀ 9th ਆਫ ਨੋਮਬਰ ਜਿਹੜੀ ਸਾਡੀ ਫਲਾਈਟ ਅੰਬਰਸਰ ਤੋਂ ਸੌਰੀ ਮੈਲਬਨ ਤੋਂ ਅੰਬਰਸਰ ਗਈ ਉਹਦੇ ਵਿੱਚ ਇੱਕ ਬਜ਼ੁਰਗ ਐਡਲਟ ਤੋਂ ਆਏ ਐਡਲਡ ਤੋਂ ਵੀ ਸਵਾਰੀਆਂ ਆਈਆਂ ਸਨ ਉਸ ਦਿਨ ਤੇ ਆਪਾਂ ਉਹਨਾਂ ਨੂੰ ਲੈਣ ਗਏ ਦੂਜੇ ਟਰਮੀਨਲ ਤੋਂ ਆਪਣੇ ਟਰਮੀਨਲ 2 ਮੈਲਬਨ ਤੇ ਜਦੋਂ ਉਹ ਲਾਈਨ 'ਚ ਲੱਗੇ ਸਨ ਇੱਕ ਸਾਡੇ ਬਜ਼ੁਰਗ 70 ਸਾਲ ਦੇ ਹੋਣੇ ਆ ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਅਤਲ ਪੁੱਤਰ ਇੱਧਰ ਆਈ ਤੇ ਮੈਂ ਥੋੜੀ ਦੂਰ ਸੀ ਚਲੋ ਉਹਨਾਂ ਕੋ ਗਿਆ ਪੈਰੀ ਹੱਥ ਲਾਇਆ ਉਹਨਾਂ ਦੇ ਤੇ ਕਹਿੰਦੇ ਮੇਰਾ ਪੁੱਤ ਉਹਦਾ ਨਾਮ ਕਵਲ ਸੀ ਕੁਝ ਤੇ ਕਹਿੰਦੇ ਉਹਨੇ ਕਿਹਾ ਕਿ ਤੁਹਾਡਾ ਉੱਥੇ ਅਤਲ ਪੁੱਤ ਮਿਲ ਜਾਏਗਾ ਮੈਲਬਨ 에어ਪੋਰਟ ਪੜੀ ਆਹ ਗੱਲ ਸੁਣ ਕੇ ਲਿਟਰਲੀ ਮਤਲਬ ਅੱਖਾਂ 'ਚੋਂ ਹੰਝੂਜੇ ਆਣ ਲੱਗੇ ਉਸ ਤੋਂ ਬਾਅਦ ਕਹਿੰਦੇ ਜੋ ਤੁਸੀਂ ਕੰਮ ਕਰ ਰਹੇ ਆ ਠੀਕ ਆ ਕਹਿੰਦੇ ਮੈਂ ਆਪਣੀ ਪੂਰੀ ਜ਼ਿੰਦਗੀ 'ਚ 60 65 ਸਾਲ 70 ਦੀ ਸਾਲ ਦੀ ਜ਼ਿੰਦਗੀ 'ਚ ਮੈਂ ਕਦੇ ਨਹੀਂ ਵੇਖਿਆ ਕੋਈ ਟਰੈਵਲ ਕੰਪਨੀ 에어ਪੋਰਟ ਤੇ ਆ ਕੇ ਐਦਾਂ ਅਸਿਸਟ ਕਰ ਰਹੀ ਆ ਉਹ ਵੇਖ ਪਾਰੇ ਸਨ ਕਿ ਮੇਰੀ ਇੱਕ ਟੀਮ ਦਾ ਇੱਕ ਬੰਦਾ ਮੈਂ ਪ੍ਰੋਪਰ ਲਾਇਆ ਸੀਗਾ ਜਿਹੜੇ ਐਡਲੇਡ ਤੋਂ ਬੰਦੇ ਆਏ ਜਿਹੜੇ ਬ੍ਰਿਸਬਨ ਤੋਂ ਉਸ ਦਿਨ ਬੰਦੇ ਆਏ ਹਰ ਇੱਕ ਨੂੰ ਇੱਕ ਮਤਲਬ ਪਾਣੀ ਪੁਲਾਇਆ ਗਿਆ ਹਰ ਇੱਕ ਬੰਦੇ ਨੂੰ ਕੀ ਠੀਕ ਆ ਹੋਰ ਦਾ ਸੋਚ ਤੋ ਆਦਾ ਪਾ ਕੀ ਕਰ ਸਕਦੇ ਆ ਕਿ ਜੇ ਫਾਰਮ ਨਹੀਂ ਭਰਿਆ ਕੱਲੇ ਕੱਲੇ ਬੰਦੇ ਕੋ ਮੈਂ ਜਾ ਕੇ ਮਨ ਲ ਫਾਰਮ ਦੀ ਮੇਰੇ ਕੋ ਥਦੀ ਸੀਗੀ ਹਰ ਇੱਕ ਨੂੰ ਫਾਰਮ ਭਰਾ ਉਹ ਜਿਹੜੇ ਵਰਸੀ ਪਪਾਈ ਹੋਣਾ ਦੇ ਲਿਟਰਲੀ ਜੋ ਕਏ ਹੱਥ ਲਾ ਕੇ ਮੈਂ ਇੱਕ ਕੋਨੇ ਜਾ ਕੇ ਲਿਟਰਲੀ ਮੇਰੇ ਅੱਖਾਂ ਚੋਂ ਹੰਝੂ ਆਏ ਕਿ ਇੰਨਾ ਇੱਕ ਮਤਲਬ ਪੈਸੇ ਤਾਂ ਸ਼ਿਫਟ ਸੀ ਮੇਰੀ ਪਰ ਜਿਹੜਾ ਐ ਐਕਸਟਰਾ ਐਡ-ਆਨ ਜਿਹੜਾ ਮਿਲਿਆ ਮੇਰੇ ਲਿਟਰਲੀ ਅੱਖਾਂ ਚੋਂ ਹੰਝੂ ਆਏ ਤੇ ਉਹ ਮੈਂ ਕਦੇ ਇਮੋਸ਼ਨਲ ਨਹੀਂ ਮੈਂ ਭੁੱਲ ਜਾਂਦਾ ਐਂਡ ਥੀਜ਼ ਆਰ ਮਾਈ ਇਮੋਸ਼ਨਸ ਵਿਚ ਆਮ ਇਹ ਟੋਕਿੰਗ ਮੈਂ ਡੈਫੀਨੇਟਲੀ ਇਸ ਗੱਲ ਨੂੰ ਕਹਾਂਗਾ ਕੱਲ ਵੀ ਮੇਰੇ ਨਾਲ ਮੇਰਾ ਸਟਾਫ ਸੀਗਾ ਤੇ ਉਹ ਖੁਦ ਰੋ ਰਹੇ ਸੀ ਕਰਦੇ ਹੋਏ ਬਿਕੋਜ਼ ਕਈ ਇਮੋਸ਼ਨਸ ਇਦਾਂ ਦੇ ਦਿਖਣ ਚ ਆ ਰਹੇ ਸੀਗੇ ਕਿਦੇ ਵਿੱਚ ਬਿਨਾ ਕਹੇ ਅੱਖਾਂ ਦੇ ਵਿੱਚ ਆंसू ਆ ਜਾਂਦੇ ਆ ਇਹ ਦੁਨੀਆ ਨੂੰ ਕੀ ਹੋ ਗਿਆ ਕਿਸ ਤਰੀਕੇ ਦੇ ਨਾਲ ਇਹ ਦੁਨੀਆ ਚੱਲ ਰਹੀ ਹੈ ਐਂਡ ਇੱਕ ਕਿਹੜੀ ਫੀਲਿੰਗ ਹੈ ਪੇਰੈਂਟਸ ਨੇ ਜਾਨ ਦੀ ਜਾਂ ਕਿਹੜੇ ਇੱਕ ਦੂਜੇ ਨੂੰ ਮਿਲਣ ਦੀ ਐਂਡ ਇਹ ਨਹੀਂ ਪਤਾ ਕਿ ਦੁਬਾਰਾ ਆਪਾਂ ਕਦ ਮਿਲਣਾ ਹੈ ਐ ਐਕਸੈਕਟਲੀ ਤੇ ਸਪੈਸ਼ਲੀ ਕਿਦਾਂ ਤੁਹਾਨੂੰ ਆਸ਼ੀਰਵਾਦ ਮਿਲ ਰਹੇ ਸੀਗੇ ਪੂਰੇ ਗੋਰਾ ਟ੍ਰੈਵਲ ਨੂੰ ਆਸ਼ੀਰਵਾਦ ਦੇ ਰਹੇ ਸੀਗੇ ਕਿੰਨੀਆਂ ਹੀ ਮੰਮੀਆਂ ਸੀਗੀਆਂ ਬਿਲਕੁਲ ਬਿਲਕੁਲ ਚੱਲਦੇ ਹੋਏ ਤੇ ਇਹ ਚੀਜ਼ਾਂ ਸੀਰੀਅਸਲੀ ਇਟ ਮੈਟਰਸ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਪਾਣੀ ਬਿਲਾਨਾ ਫਾਰਮ ਪਰਨਾ ਇਹ ਚੀਜ਼ਾਂ ਸੀਰੀਅਸਲੀ ਇਟ ਮੈਟਰਸ ਲੇਕਿਨ ਉਸ ਤੋਂ ਵੀ ਵੱਧ ਕਿਹੜਾ ਹੈ ਇਥੇ ਟਾਈਮ ਕੱਢਣਾ ਬਿਲਕੁਲ ਕਿਹੜਾ ਕਿ ਤੁਹਾਡੀ ਪੂਰੀ ਟੀਮ ਨੇ ਇਹਨੂੰ ਟਾਈਮ ਦਿੱਤਾ ਐਂਡ ਟੋਟਲ ਇਟ ਇਜ਼ ਵੋਲੰਟੀਅਰ ਬਿਲਕੁਲ ਠੀਕ ਹੈ ਕਿਹੜਾ ਕਿ ਉਹ ਟਾਈਮ ਦਿੱਤਾ ਜਾ ਰਿਹਾ ਸਪੈਸ਼ਲੀ ਕਿ ਸਵੇਰੇ ਸ਼ਾਮ ਹੋਈ ਕਰਕੇ ਉਹ ਬਹੁਤ ਵੱਡੀ ਚੀਜ਼ ਹੈ ਡੈਫੀਨਿਟਲੀ ਆਪਾਂ ਗੋਰਾ ਟ੍ਰੈਵਲ ਨੂੰ ਐਂਡ ਸਪੈਸ਼ਲੀ ਅ ਅਸ਼ਵਨੀ ਜੀ ਨੂੰ ਅਭਿਸ਼ੇਕ ਜੀ ਨੂੰ ਤੇ ਪੂਰੀ ਟੀਮ ਨੂੰ ਐਂਡ ਸਾਡੇ ਨਾਲ ਬੈਠੇ ਹਰਕੁਨ ਜੀ ਨੂੰ ਬਹੁਤ ਬਹੁਤ ਵਧਾਈਆਂ ਦਿੰਨੇ ਆਂ ਐਂਡ ਅਸੀਂ ਇਹੀ ਕਹਿੰਦੇ ਆ ਕਿ ਵੀ ਪ੍ਰਾਊਡ ਔਨ ਯੂ ਕਿਸ ਤਰੀਕੇ ਨਾਲ ਤੁਸੀਂ ਕੰਮ ਕਰ ਰਹੇ ਹੋ ਉਹਦਾ ਤਰੀਕੇ ਨਾਲ ਐਦਾ ਹੀ ਕੰਮ ਕਰਦੇ ਰਹੋ ਐਂਡ ਸਾਰੇ ਆਸਟ੍ਰੇਲੀਆ ਨੂੰ ਤੁਹਾਡੇ ਤੇ ਮਾਣ ਹੈ ਸਾਡੇ ਪੰਜਾਬੀਆਂ ਨੂੰ ਤੁਹਾਡੇ ਤੇ ਮਾਣ ਹੈ ਡੈਫੀਨੇਟਲੀ ਤੇ ਤੁਸੀਂ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਅ ਸਰ ਦੋ ਚੀਜ਼ਾਂ ਪਹਿਲੇ ਤੇ ਮੈਂ ਥੈਂਕ ਯੂ ਕਰਾਂਗਾ ਪੂਰਾ ਗੋਰਾ ਟ੍ਰੈਵਲ ਦੀ ਟੀਮ ਦਾ ਸੋ ਟੀਮ T E A M ਟੁਗੇਦਰ एवरीवन ਅਚੀਵ ਮੋਰ ਵਾਓ ਠੀਕ ਆ ਸੋ ਪਹਿਲਾ ਥੈਂਕ ਯੂ ਮੈਨੇਜਮੈਂਟ ਤੋਂ ਲੈ ਕੇ ਆਪਰੇਸ਼ਨਸ ਟੀਮ ਤੋਂ ਲੈ ਕੇ ਸੇਲਸ ਟੀਮ ਤੋਂ ਲੈ ਕੇ ਮੇਰੇ ਵਰਗੇ ਆਈਟੀ ਮਾਰਕਟਿੰਗ ਮਤਲਬ ਸਾਰੀ ਟੀਮ ਸੋ ਟੀਮ ਇਜ਼ ਅ ਸਿਸਟਮ ਲਾਈਕ ਬੋਡੀ ਹੈਜ਼ ਅ ਸਿਸਟਮ ਠੀਕ ਆ ਉਂਗਲਾ ਦਾ ਆਪਣਾ ਫੰਕਸ਼ਨ ਆ ਪੱਟਾ ਦਾ ਆਪਣਾ ਫੰਕਸ਼ਨ ਆ ਪੈਰ ਦਾ ਆਪਣਾ ਫੰਕਸ਼ਨ ਆ ਸੋ ਥਿਸ ਇਜ਼ ਅ ਸਿਸਟਮ ਜਿਹੜਾ ਗੋਰਾ ਟ੍ਰੈਵਲ ਦਾ ਸਿਸਟਮ ਆ ਸੋ ਦੈਟਸ ਅ ਵਨ ਥਿੰਗ ਸੋ ਥੈਂਕਸ ਟੂ ਹੋਲ ਟੀਮ ਠੀਕ ਆ ਇਸ ਵੀਡੀਓ ਤੇ ਦੂਜਾ ਮੈਂ ਕਹਿਣਾ ਚਾਹਾਂਗਾ ਜਿਹੜੀ ਸਾਡੀ ਕਮਿਊਨਿਟੀ ਆ ਆਪਣੀ ਇੰਡੀਅਨ ਕਮਿਊਨਿਟੀ ਠੀਕ ਆ ਇਸ ਵੀਡੀਓ ਨੂੰ ਜੇ ਤੁਸੀਂ ਦੇਖ ਰਹੇ ਆ ਵੱਧ ਚੜ ਕੇ ਸ਼ੇਅਰ ਕਰੋ ਸ਼ੇਅਰ ਕਰਨ ਦਾ ਮਤਲਬ ਆਲਰੇਡੀ ਗੋਰਾ ਟ੍ਰੈਵਲ ਦੀਆਂ 27 ਚਾਟਰ ਫਲਾਈਟਾਂ ਜਾ ਚੁੱਕੀਆਂ 7000 ਬੰਦੇ ਪ੍ਰੋਕਸੀਮੇਟ 7000 ਬੰਦੇ ਤੇ ਜਿੱਦਾਂ ਵਰੁਂਜ ਨੇ ਅੱਜ ਹੁਣੇ ਦੱਸਿਆ 7000 ਬੰਦੇ ਤੱਕ ਗਏ ਆ ਉਹਨਾਂ ਨਾਲ ਜੇ ਉਹਨਾਂ ਦੇ ਆਪਾਂ ਦੋ ਜਣੇ ਹੋਰ ਜੋੜ ਦਈਏ ਬੇਟਾ ਬੇਟੀ ਹਨਾ ਤੇ 21000 ਬੰਦਾ ਹੋ ਜਾਂਦਾ ਮਲਟੀਪਲਾਈ ਬਾਈ 3 ਕਰ ਦੋ 21000 ਬੰਦੇ ਨੂੰ ਆਪਾਂ ਵੱਧ ਚੜ ਕੇ ਜਿੰਨਾ ਸਾਡੇ ਕੋਲ ਹੋ ਸਕਿਆ ਜਿੱਥੇ ਜਿੱਥੇ ਹੋ ਸਕਿਆ ਉਹ ਆਪਾਂ ਉਹ ਅਸਿਸਟ ਕੀਤਾ ਸੋ ਤੁਸੀਂ ਨਿਡਰ ਹੋ ਕੇ ਜੜੀਆਂ ਚਾਰਟਰ ਫਲਾਈਟਾਂ ਜਾ ਰਹੀਆਂ ਅਜੇ ਵੀ ਮਾਰਕੀਟ ਵਿੱਚ ਐਦਾਂ ਕਿ ਪਤਾ ਨਹੀਂ ਚਾਰਟਰ ਫਲਾਈਟਾਂ ਕੀ ਚੀਜ਼ ਨੇ ਠੀਕ ਆ ਤੇ ਪਤਾ ਨਹੀਂ ਉਹ ਕੈਨਸਲ ਨਾ ਹੋ ਜੇ ਐ ਨਾ ਹੋ ਜੇ ਫਲਾਣਾ ਮਤਲਬ ਕਹਿਣ ਦਾ ਮਤਲਬ ਤੁਸੀਂ ਬੇਚ ਨਿਡਰ ਹੋ ਕੇ ਤੁਸੀਂ ਚਾਰਟਰ ਫਲਾਈਟਾਂ ਤੁਸੀਂ ਬੁੱਕ ਕਰਾ ਸਕਦੇ ਆ ਗੋਰਾ ਟਰੈਵਲ ਤੋਂ ਬਿਲਕੁਲ ਨਿਸ਼ਚਿੰਤ ਹੋ ਕੇ ਜਿੱਥੇ ਹੋਏਗਾ ਆਪਾਂ ਫੈਮਲੀ ਵੰਗਣ ਫੈਮਲੀ ਜਦੋਂ ਆਂਦੀ ਆ ਫੈਮਲੀ ਦੇ ਥਿੰ ਵਰਡ ਲਾਸਟਲੀ ਹੁੰਦੇ ਆ ਆਈ ਐਲ ਵਾਈ ਥੈਟ ਮੀਨਸ ਆਈ ਲਵ ਯੂ ਥੈਟਸ ਵਾਟ ਗੋਰਾ ਟ੍ਰੈਵਲ ਟ੍ਰਾਈ ਟੂ ਅਚੀਵ ਕਿ ਆਪਾਂ ਇੱਕ ਫੈਮਿਲੀ ਵਾਲਾ ਮੂਡ ਦੇਈ ਆਪਣੇ ਪੈਸੇਂਜਰਸ ਨੂੰ ਸੋ ਥੈਟਸ ਵਾਟ ਮਾਈ ਸੈਕੰਡ ਮੈਸੇਜ ਟੂ ਮਾਈ ਕਮਿਊਨਿਟੀ ਇਜ਼ ਯੈਸ ਬਿਨਾ ਤੁਸੀਂ ਕਿਸੇ ਡਰ ਤੋਂ ਤੁਸੀਂ ਫਲਾਈਟਸ ਚਾਰਟਰ ਰਾਈਟਸ ਬੁੱਕ ਕਰਾ ਸਕਦੇ ਆ ਓਵਰ ਆਲ ਨਾਟ ਚਾਰਟਰ ਬਟ ਜਿਹੜੀਆਂ ਤੁਹਾਡੀਆਂ ਪ੍ਰੋਫੈਸ਼ਨਲ ਬਾਅਦ ਚ ਕਮਰਸ਼ੀਅਲ ਫਲਾਈਟਸ ਦੀ ਜਾਣਗੀਆਂ ਪਲੱਸ ਜੈਟ ਟੂ ਰੈਂਟ ਤੁਸੀਂ ਕਿਸੇ ਵੀ ਬਿਨਾ ਚੇਜਤੋਂ ਤੁਸੀਂ ਗੋਰਾ ਟ੍ਰੈਵਲ ਨਾਲ ਆਪਣਾ ਟਿਕਟਾਂ ਤੁਸੀਂ ਬੁੱਕ ਕਰਾ ਸਕਦੇ ਹੋ ਸੋ ਥਿਸ ਇਜ਼ ਮਾਈ ਸੈਕੰਡ ਮੈਸੇਜ ਟੂ ਮਾਈ ਕਮਿਊਨਿਟੀ ਤੇ ਕੋਈ ਵੀ ਤੁਹਾਡਾ ਕੁਐਸਚਨ ਹੋਵੇ ਤੁਸੀਂ ਕਾਲ ਕਰ ਸਕਦੇ ਹੋ ਗੋਰਾ ਟ੍ਰੈਵਲ ਦੀ ਫ੍ਰੈਂਡਲੀ ਟੀਮ ਨੂੰ ਐਂਡ ਮੈਨੂੰ ਬਹੁਤ ਵਧੀਆ ਲੱਗਾ ਜਦ ਮੈਂ ਗੱਲਬਾਤ ਕਰ ਰਿਹਾ ਸੀਗਾ 에어ਪੋਰਟ ਦੇ ਉੱਤੇ ਤੇ ਫੀਡਬੈਕ ਲੈ ਰਿਹਾ ਸੀਗੇ ਤੇ ਉਹਦੇ ਵਿੱਚ ਇਹ ਵੀ ਫੀਡਬੈਕ ਆਈ ਕਿ ਤੁਹ ਬਹੁਤ ਹੀ ਅਚੀ ਫ੍ਰੈਂਡਲੀ ਟੀਮ ਹੈ ਸਾਰੇ ਕੁਐਸਚਨਸ ਦੇ ਆਨਸਰ ਦਿੰਦੀ ਹੈ ਤੇ ਸਿੱਧਾ ਹੀ ਤੁਹਾਨੂੰ ਮੌਕਾ ਲਿਖਦਾ ਕਦੀ ਵੀ ਇਹ ਚ ਵੇਟਿੰਗ ਵੀ ਜ਼ਿਆਦਾ ਨਹੀਂ ਹੈਗੀ ਆ ਕਰਦੇ ਹੋਏ ਤੇ ਇਹ ਚੀਜ਼ ਦੇ ਨਾਲ ਦੋਸਤੋ i feel very proud as a part of the gora team thank you varun ji and aaj main atul ji de naal studio de vich ede vaste vi main apne aap nu bahut lucky maanda kyunki kai aidade mauke mile pichle kai mahinon de vich ki eh melbourne de vich reporting kar rahe ne te main sydney de vich reporting kar rahe ha ya kai gal baat kar rahe ha te main eda ashwini ji nu credit dena ki nanne saanu mauka ditta ਅੱਜ ਇਕੱਠੇ ਬੈਠ ਕੇ ਗੱਲਬਾਤ ਕਰਨ ਦਾ ਤੇ ਤੁਹਾਡੀ ਸੇਵਾ ਦੇ ਵਿੱਚ ਗੋਰਾ ਟਰੈਵਲ ਦੀ ਸਰਵਿਸਿਜ਼ ਨੂੰ ਲੈ ਕੇ ਆਨ ਦਾ ਤੁਹਾਡੇ ਤੱਕ ਪਹੁੰਚਾਉਣ ਦਾ ਤੇ ਆਉਣ ਵਾਲੀ ਕਿਹੜੀਆਂ ਫਲਾਈਟਸ ਜਾ ਰਹੀਆਂ ਉਹਦੇ ਬਾਰੇ ਜਾਣ ਤੋਂ ਪਹਿਲਾਂ ਇੱਕ ਛੋਟੀ ਜੀ ਇਨਫੋਰਮੇਸ਼ਨ ਬਿਲਕੁਲ ਅ ਸਾਡੀ ਜਿਹੜੀ ਨੈਕਸਟ ਫਲਾਈਟ ਜਾ ਰਹੀ ਆ ਉਹ 7 ਤਰੀਕ ਨੂੰ ਮੈਲਬਨ ਤੋਂ ਠੀਕ ਆ ਥੈਨ ਸਿਡਨੀ ਤੋਂ 17 ਤਰੀਕ ਨੂੰ ਜਾ ਰਹੀ ਆ ਠੀਕ ਆ ਉਸ ਤੋਂ ਬਾਅਦ ਸਾਡੀ ਜਿਹੜੀ ਅਗਲੀ ਫਲਾਈਟ ਆ ਉਹ ਮੈਲਬਨ ਤੋਂ ਜਾ ਰਹੀ ਹੈ 24 ਤਰੀਕ ਨੂੰ 24th ਦਸੰਬਰ uh, ਨੂੰ so these are the latest Sydney and Melbourne ਉਸ ਤੋਂ ਇਲਾਵਾ ਜਿਹੜਾ ਮੈਂ ਪਹਿਲੇ ਦੱਸਿਆ ਕਿ ਬ੍ਰਿਸਬਨ ਤੋਂ ਸਾਡੇ ਕਾਫੀ ਪੈਸੈਂਜਰਸ ਆ ਰਹੇ ਸਨ ਬ੍ਰਿਸਬਨ ਵਾਲਿਆਂ ਵਾਸਤੇ ਆਪਾਂ ਸਿੱਧੀ ਫਲਾਈਟ ਫਰਮ ਬ੍ਰਿਸਬਨ ਟੂ ਦਿੱਲੀ 21st ਦਸੰਬਰ ਨੂੰ ਰੱਖੀ ਆ so ਪਲੀਜ਼ ਉਹਦਾ ਤੁਸੀਂ ਜਿੰਨਾ ਲਾਭ ਹੋ ਸਕਦਾ ਉਠਾਓ ਹੋ ਸਕੇਗਾ ਦੇਖੋ ਲੈਟਸ ਸੀ ਸ਼ਾਇਦ ਮੈਂ 21 ਤਰੀਕ ਨੂੰ ਸ਼ਾਇਦ ਬ੍ਰਿਸਬਨ ਆ ਜਾਵਾਂ ਊਲ ਸੀ ਹਾਉ ਇਟਸ ਫੀਜ਼ੀਬਲ ਫੋਰ ਕੰਪਨੀ ਬਟ ਹਾਂ ਜੇ ਹੋ ਸਕਿਆ ਵਿਲ ਕਮ ਇਸ ਤੋਂ ਇਲਾਵਾ ਜੇ ਹੋਰ ਤੁਹਾਡੇ ਕੋਈ ਵੀ ਸੁਜੈਸ਼ਨਸ ਹੋਣ ਕੋਈ ਵੀ ਸੁਜੈਸ਼ਨ ਤੁਸੀਂ ਬੇਝਿਚਕ ਹੋ ਕੇ ਸਾਨੂੰ ਆਪਣੇ ਸੁਜੈਸ਼ਨ ਦੋ ਆਪਾਂ ਉਹਨਾਂ ਤੇ ਕੰਮ ਕਰਾਂਗੇ ਜਾਂ ਤੁਹਾਨੂੰ ਲੱਗਦਾ ਕਿ ਐਦਾਂ ਨਹੀਂ ਐਦਾਂ ਕੰਮ ਨਹੀਂ ਆਈਦਾ ਪਲੀਜ਼ ਲੈਟ ਅਸ نو ਵੀ ਆਰ ਟ੍ਰਾਈਂਗ ਆਵਰ ਲੈਵਲ 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 ਬੈਸਟ ਟੂ ਇੰਪਰੂਵ ਆਵਰ ਸਰਵਿਸਿਜ਼ and to give more and more to community so that's my message to our community with that hand over to varun ji ede naal hi assi izzat lene hai main ik wari fir indushes da bahut bahut shukriya ada karanga ke bina karke mainu mauka milya atul ji naal ashmi ji naal and avishhek ji naal hamesha judan da te naal di naal hi saryan nu be safe tusi kithe ho safety da bahut dhyan rakho ਕਿਉਂਕਿ ਸੇਫਟੀ ਸਭ ਤੋਂ ਪਹਿਲੋ ਆ ਸਾਰਿਆਂ ਵਾਸਤੇ ਤੇ ਹੁਣ ਚਾਹੇ ਉਹ ਆਸਟ੍ਰੇਲੀਆ ਹੈ ਜਾਂ ਇੰਡੀਆ ਹੈ ਜਾਂ ਕਿਥੇ ਕਿਥੇ ਵੀ ਤੁਸੀਂ ਹੋ ਪਲੀਜ਼ ਤੁਹਾਡੇ ਫਰੈਂਡਸ ਜਾਂ ਫੈਮਿਲੀ ਨੂੰ ਪਲੀਜ਼ ਮੈਸੇਜ ਪਹੁੰਚਾਓ ਕਿ ਕਿਹੜੀਆਂ ਚਾਰਟਰਡ ਫ라이ਟ ਜਾ ਰਹੀਆਂ ਕਿਹੜੀਆਂ ਫਲਾਈਟ ਜਾ ਰਹੀਆਂ ਉਹਨਾਂ ਦੀ ਇਨਫੋਰਮੇਸ਼ਨ ਅਗਰ ਚਾਹੀਦੀ ਹੈ ਕੋਈ ਵੀ ਕਿਸੇ ਤਰੀਕੇ ਦੀ ਉਹਨਾਂ ਨੇ ਸਲਾਹ ਲੈਣੀ ਹੈ ਜਾਂ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਦ ਪਲੀਜ਼ ਗੋਰਾ ਟ੍ਰੈਵਲ ਦੇ ਫ੍ਰੈਂਡਲੀ ਸਟਾਫ ਨੂੰ ਕਾਲ ਕਰਨ ਐਂਡ ਆਪਣੇ ਸਾਰੇ ਕੁਐਸ਼ਨਸ ਕਲੀਅਰ ਕਰ ਇਦੇ ਨਾਲ ਹੀ ਇਜ਼ਾਤ ਦਿੰਦਾ ਮੈਂ ਵਰਨ ਦਿਵਾਰੀ ਤੇ ਮੇਰੇ ਨਾਲ ਅੱਜ ਅਤਲ ਜੀ ਗੋਰਾ ਟ੍ਰੈਵਲ ਤੋਂ ਮੈਲਬਨ ਤੋਂ ਸਪੈਸ਼ਲ ਵਿਜ਼ਿਟ ਟੂ ਸਿੰਡੀ ਐਂਡ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵਰਨ ਦਿਵਾਰੀ ਐਂਡ ਅਸੀਂ ਇਹਦੇ ਨਾਲ ਹੀ ਇਜ਼ਾਤ ਦਿੰਦੇ ਹਾਂ Thank, Thank you. you. Australia's first Indian magazine to have a national reach. Indus Age is the largest circulated South Asian magazine in Australia with five simultaneous editions. 55,000 copies printed monthly. 220,000 readers. Largest network of clients. Undisputed leader in community news. Indus Age is circulated in Sydney, Melbourne, Adelaide, Brisbane, and Perth to over 525 outlets. Grab your copy now to get the latest on the community, news from India, Bollywood, music, and much more. For more info, log on to www.indusage.com www.com.au